ਤੇ ਨਾਲ ਹੀ ਦੂਸਰੇ ਸ਼ਹਿਰਾਂ ਨੂੰ ਵਸਾਉਂਦੀ ਹੈ ਜਿੱਥੇ ਆਪ ਜੀ ਦੇ ਅਸ਼ੀਰਵਾਦ ਸਦਕਾ ਬੱਸ ਸਟੈਂਡ ਦੀ ਮੰਗ ਪੂਰੀ ਹੋਈ ਤੇ ਜਾਣਾ ਪੈਂਦਾ ਹੈ ਅਤੇ ਖੱਜਲ ਖੁਆਰੀ ਹੁੰਦੀ ਹੈ ਜੇਕਰ ਪ੍ਰਬੰਧਕੀ ਦਫ਼ਤਰ ਇੱਕ ਛੱਤ ਹੇਠ ਹੋਣ ਤਾਂ ਲੋਕਾਂ ਨੂੰ ਜਿੱਥੇ ਆਪਣੇ ਕੰਮ ਕਰਾਉਣ ਸਮੇਂ ਜੁਡੀਸ਼ਲ ਕੋਰਟ ਕੰਪਲੈਕਸ ਹੁੰਦਾ ਸੀ ਜੋ ਅੱਜ ਖਤਮ ਹੋ ਚੁੱਕਾ ਹੈ ਬਸੀ ਪਟਾਣਾ ਸਭ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬਾਨ ਕੋਹਾੜ ਸਾਹਿਬ ਰੱਖੜਾ ਸਾਹਿਬ ਇਸ ਹਲਕੇ ਦੇ ਵਿਧਾਇਕ ਸਾਹ ਨਿਰਮਲ ਸਿੰਘ ਜੀ ਔਰ ਸਾਡੀ ਭੈਣ ਮੈਂ ਜਸਟਿਸ ਨਿਰਮਲ ਸਿੰਘ ਜੀ ਬੀਬਾ ਗੁਰਸ਼ਨ ਜੀ ਮੈਂਬਰ ਪਾਰਲੀਮੈਂਟ ਸ਼ੀਮਾ ਸਾਹਿਬ ਤੇ ਮੰਚ ਤੇ ਬਿਰਾਜਮਾਨ ਇਸ ਇਲਾਕੇ ਦੇ ਪਤਵੰਤੇ ਵੀਰੋ ਤੇ ਇਸ ਹਲਕੇ ਦੇ ਕੋਨੇ ਕੋਨੇ ਤੋਂ ਆਏ ਬਹੁਤ ਹੀ ਸਤਿਕਾਰਯੋਗ ਵੀਰੋ ਭੈਣੋ ਨੌਜਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਹਾਂ ਕੋਹਾੜ ਸਾਹਿਬ ਦਾ ਜਿਹੜੇ ਟਰਾਂਸਪੋਰਟ ਮੰਤਰੀ ਹੈ ਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀ ਇੱਥੇ ਬੈਠੇ ਹੈ ਕਿ ਤੁਸੀਂ ਇੱਥੇ ਜਿਹੜੀ ਲੋਕਾਂ ਦੀ ਦਰੀਨਾ ਮੰਗ ਸੀ ਇੱਕ ਬੱਸ ਸਟੈਂਡ ਦੀ ਉਹ ਪੂਰੀ ਕਰਨੀ ਅੱਜ ਆਪਾਂ ਉਹਦਾ ਪੱਤਰ ਰੱਖਿਆ ਤੇ ਛੇਤੀ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਸਿਰੇ ਚੜ ਜਾਣਗੀਆਂ ਕਿ ਉੱਥੇ ਦਫ਼ਤਰ ਸਾਰੇ ਇਕੱਠੇ ਬਣ ਜਾਣ ਤਾਂ ਕਿ SPO ਸਾਹਿਬ ਵੀ ਉੱਥੇ ਬੈਠਣ ਤਹਿਸੀਲਦਾਰ ਸਾਹਿਬ ਵੀ ਉੱਥੇ ਬੈਠਣ ਤੇ BDO ਜਾਂ ਹੋਰ ਜਿੰਨੇ ਦਫ਼ਤਰ ਪ੍ਰਬੰਧ ਚਲਾਉਣ ਵਾਲੇ ਉਹ ਉੱਥੇ ਆ ਜਾਣ ਕਿਸੇ ਕਾਰਨ ਇਹ ਰਹਿ ਗਿਆ ਪ੍ਰੋਡਕਸ਼ਨ ਰੁਕਣ ਸ਼ੁਰੂ ਹੋ ਗਏ ਲੇਕਿਨ ਇਹ ਵੀ ਛੋਟੀ ਗੱਲ ਜਿਹੜੀ ਹੈ ਇਹ ਬਹੁਤ ਅਹਿਮ ਹੈ ਔਰ ਇਹਦੀ ਬਹੁਤ ਵੱਡੀ ਲੋੜ ਹੈ ਇਹਦਾ ਵੀ ਮੈਂ ਪ੍ਰਬੰਧ ਕਰਾਂਗਾ ਰਵਿੰਦਰ ਸਿੰਘ ਜੀ ਖਾਲਸਾ ਸਰਦਾਰ ਸਿੰਘ ਜੀ ਪੱਟੀ ਅਜੇ ਸਿੰਘ ਜੀ ਲਿਬੜਾ ਰਣਜੀਤ ਸਿੰਘ ਜੀ ਲਿਬੜਾ ਇਹਨਾਂ ਸਾਰਿਆਂ ਤੋਂ ਮਾਫੀ ਮੰਗਦੇ ਹਾਂ ਕਿਉਂਕਿ ਬਾਦਲ ਸਾਹਿਬ ਦਾ ਸਮਾਂ ਥੋੜਾ ਸੀ ਇਸ ਕਰਕੇ ਅੱਗੇ ਜਾਣ ਦਾ ਪ੍ਰੋਗਰਾਮ ਹੈ ਇਸ ਲਈ ਸਾਰੀ ਸੰਗਤ ਤੋਂ ਮਾਫੀ ਚਾਹੁੰਦੇ ਬੋਲੇ ਸੋਨਿਆ